ਪ੍ਰੈਸ ਕਾਨਫਰੰਸ ਅਤੇ ਰੇਲ ਰੋਕੋ ਸਾਨੂੰ ਤਾਂ ਕਰਨਾ ਪਿਆ ਕਿਉਂ ਕਰਕੇ ਪੰਜਾਬ ਦੀ ਸਰਕਾਰ ਜਿਹੜੀ ਸਾਡੀ ਨੁਮਾਇੰਦਗੀ ਕਰਦੀ ਹੈ ਸੈਂਟਰ ਦੇ ਵਿੱਚ, ਇਹ ਵੀ ਸਾਡੀ ਗੱਲ ਨਹੀਂ ਕਰਦੀ ਅਤੇ ਸੈਂਟਰ ਦੇ ਵਿੱਚ ਵੀ ਗੱਲ ਨਹੀਂ ਹੁੰਦੀ ਸਿੱਖ ਕੌਮ ਦੀ। ਮੈਨੂੰ ਬੋਲਣ ਵੀ ਦਿੰਦੇ ਪਾਰਲੀਮੈਂਟ ਦੇ ਵਿੱਚ, ਜਦਕਿ ਮੈਂ ਤੁਹਾਡਾ ਐਮ ਪੀ ਹੈ ਅਤੇ ਫਰਜ਼ ਹੈ ਜਮਹੂਰੀਅਤ ਦੇ ਵਿੱਚ ਕਿ ਐਮ ਪੀ ਆਪਣੇ ਇਲਾਕੇ ਦਾ ਦੁੱਖ ਤਕਲੀਫ ਦੱਸ ਸਕੇ। ਸਾਨੂੰ ਕਹਿ ਦਿੰਦੇ ਹੈ ਕਿ ਜੀ ਲੋਕ ਬਹੁਤ ਔਖੇ ਹੋਣਗੇ ਜੇ ਤੁਸੀਂ ਗੱਡੀਆਂ ਰੋਕੀਆਂ ਜਾਂ ਤੁਸੀਂ ਟ੍ਰੇਨਾਂ ਰੋਕੀਆਂ ਜਾਂ ਲੋ ਐਂਡ ਆਰਡਰ ਦਾ ਹੋ ਜੂਗਾ, ਪਰ ਇਹ ਸਾਡੇ ਗੈਰ ਸਿੱਖ ਹਕੂਮਤ ਇਹ ਨਹੀਂ ਸੋਚਦੀ ਕਿ ਸਿੱਖਾਂ ਨੂੰ ਦੁੱਖ ਕਾਹਦਾ। ਹੁਣ 32-32 ਸਾਲਾਂ ਤੋਂ ਸਾਡੇ ਸਿੱਖ ਬੰਦੀ ਬਣਾਏ ਬੈਠੇ ਹੈ, ਉਹਨਾਂ ਨੂੰ ਛੱਡਦੇ ਨਹੀਂ ਹੈਗੇ। ਤਿਹਾਰ ਜੇਲ੍ਹ ਦੇ ਵਿੱਚ ਸਾਡੇ ਤਖ਼ਤ ਦੇ ਜਥੇਦਾਰ ਹਵਾੜਾ ਸਾਹਿਬ ਬੈਠੇ ਹੈ, ਫਿਰ ਉੱਥੇ ਮਲਿਕ ਬੈਠਾ ਹੈ ਕਸ਼ਮੀਰ ਦਾ, ਸ਼ਬੀਰ ਸ਼ਾਹ ਬੈਠਾ ਹੈ, ਫਿਰ ਡਿਬਰੂਗੜ੍ਹ ਦੇ ਵਿੱਚ ਸਾਰੇ ਬੈਠੇ ਹੈ ਆਪਣੇ ਪੰਜਾਬ ਦੇ ਵਾਰਸ ਪੰਜਾਬ ਦੇ, ਉਹ ਭੁੱਖ ਹੜਤਾਲ ਦੇ ਉੱਤੇ ਹੈ। ਅੰਮ੍ਰਿਤਸਰ ਜੇਲ੍ਹ ਦੇ ਵਿੱਚ ਬੈਠੇ ਹੈ ਵਾਰਸ ਪੰਜਾਬ ਦੇ, ਉਹ ਵੀ ਭੁੱਖ ਹੜਤਾਲ 'ਤੇ ਹੈ। ਮੈਂ ਮੰਗਦਾ ਇਜਾਜ਼ਤ ਕਿ ਡਿਬਰੂਗੜ੍ਹ ਜਾਣ ਦੀ, ਅੰਮ੍ਰਿਤਸਰ ਜੇਲ੍ਹ ਜਾਣ ਦੀ, ਤਿਹਾਰ ਜੇਲ੍ਹ ਜਾਣ ਦੀ, ਉਹ ਬਤੌਰ ਮੈਨੂੰ ਐਮ ਪੀ ਦਿੰਦੇ ਨਹੀਂ। ਤਾਂ ਮੇਰਾ ਮਤਲਬ ਹੈ ਕਿ ਸਾਡੇ ਦੁੱਖ ਤਕਲੀਫਾਂ ਦਾ ਪਤਾ ਕਿਵੇਂ ਲੱਗੂ ਕਿਸੇ ਨੂੰ ਕਿ ਜੇ ਸਿੱਖਾਂ ਦਾ ਨੁਮਾਇੰਦਾ ਉੱਥੇ ਜਾਵੇ ਨਾ। ਸਾਡੇ ਕੋਲ ਸੀਨੀਅਰ ਪੁਲਿਸ ਅਫਸਰਾਂ ਦੇ ਟੈਲੀਫੋਨ ਆਉਂਦੇ ਆ ਜੀ ਲੋਕ ਬਹੁਤ ਤਕਲੀਫ ਹੋਊਗੀ, ਫਲਾਣ ਠੀਕ ਹੋਊਗਾ। ਹੁਣ ਜੇ ਤਾਂ ਮੈਂ ਹੋਵਾਂ ਕ੍ਰਿਮੀਨਲ ਅਤੇ ਮੇਰੀ ਬਣਾਉਣਾ ਚਾਹੁਣ ਹਿਸਟਰੀ ਸ਼ੀਟ, ਅਤੇ ਮੈਂ ਕਿਹਾ ਜਨਾਬ ਮੈਂ ਅੱਗੇ ਤੋਂ ਨਹੀਂ ਕਰਦਾ ਅਤੇ ਮੇਰੀ ਹਿਸਟਰੀ ਸ਼ੀਟ ਨਾ ਬਣਾਇਓ, ਅਤੇ ਪੁਲਿਸ ਅਤੇ ਸਰਕਾਰ ਮੰਨ ਜਾਂਦੀ ਹੈ। ਪਰ ਸਾਡੇ ਕ੍ਰਿਮੀਨਲ ਇਸ਼ੂਜ ਨਹੀਂ ਹੈ, ਸਾਡੇ ਪੋਲੀਟੀਕਲ ਦੁੱਖ ਤਕਲੀਫਾਂ ਹੈਗੀਆਂ, ਸਾਡੇ ਮਜ਼ਹਬ ਦੀ, ਸਾਡੀ ਕੌਮ ਦੀ। ਹੁਣ ਬਾਹਰ ਦੇ ਮੁਲਕਾਂ ਦੇ ਵਿੱਚ ਸਾਡੇ ਸਿੱਖਾਂ ਨੂੰ ਮੋਦੀ ਸਾਹਿਬ ਨੇ, ਫਿਰ ਹੋਮ ਮਿਨਿਸਟਰ ਨੇ, ਫਿਰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਨਵੀਂ ਪੋਲਿਸੀ ਖੋਲ੍ਹੀ ਹੈ ਕਿ ਕੈਨੇਡਾ ਦੇ ਵਿੱਚ ਸਿੱਖਾਂ ਨੂੰ ਮਰਵਾ ਦਿਉ। ਹੁਣ ਕੈਨੇਡਾ ਦੇ ਵਿੱਚ ਮਰਵਾ ਤਾ ਇਹ ਨਿੱਜਰ ਸਾਹਿਬ, ਮਰਵਾ ਤਾ ਹਰਦੀਪ ਸਿੰਘ, ਰਿਪੂ ਦਮਨ ਸਿੰਘ ਮਲਿਕ ਮਰਵਾ ਤਾ ਕੈਨੇਡਾ ਦੇ ਵਿੱਚ, ਸੁਖਤੂਲ ਸਿੰਘ ਕੈਨੇਡਾ ਦੇ ਵਿੱਚ ਮਰਵਾ ਤਾ, ਬਰਤਾਨੀਆ ਦੇ ਅਵਤਾਰ ਸਿੰਘ ਖੰਡਾ ਮਾਰਤਾ, ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵਾੜ ਮਾਰਤਾ, ਲਖਬੀਰ ਸਿੰਘ ਦੇ ਵਿੱਚ ਲਖਬੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਮਾਰਤਾ, ਦੀਪ ਸਿੰਘ ਸਿੱਧੂ ਨੂੰ ਹਰਿਆਣੇ ਦੇ ਵਿੱਚ ਮਾਰਤਾ, ਫਿਰ ਮੂਸੇਵਾਲ ਨੂੰ ਪੰਜਾਬ ਦੇ ਵਿੱਚ ਮਾਰਤਾ। 10 ਸਾਲਾਂ ਦੇ ਵਿੱਚ ਬੀਜੇਪੀ ਨੇ ਕੋਈ ਸਾਨੂੰ ਪ੍ਰੋਜੈਕਟ ਨਹੀਂ ਦਿੱਤਾ। ਹੁਣ 46 ਲੱਖ ਸਾਡੇ ਬੇਰੁਜ਼ਗਾਰ ਨੌਜਵਾਨ ਹੈਗੇ, ਉਹ ਕਿੱਥੇ ਜਾਣ? ਕੋਈ ਕਿਸੇ ਨੂੰ ਨਹੀਂ ਪਤਾ ਕਿ ਕਿੱਥੇ ਉਹ ਜਾਣਗੇ ਕਿੱਥੇ ਨਹੀਂ। ਸਾਡੇ ਨਾਲ ਤਾਂ ਕੋਈ ਗੱਲ ਕਰਨ ਨੂੰ ਤਿਆਰ ਹੀ ਨਹੀਂ ਹੈ। ਸਾਰੀ ਦੁਨੀਆ ਦੇ ਵਿੱਚ ਅੱਗ ਲੱਗੇ ਪਈ ਹੈ। ਅਮੈਰੀਕਾ ਕਹਿ ਰਿਹਾ ਕਿ ਸਾਨੂੰ ਦੱਸੋ ਕਿ ਤੁਸੀਂ ਪੰਨੂ ਨੂੰ ਜਿਹੜਾ ਮਰਵਾਉਣਾ ਸੀ ਅਮੈਰੀਕਾ ਦੇ ਵਿੱਚ, ਉਹ ਤਾਂ ਅਸੀਂ ਫੜ ਲਿਆ, ਪਰ ਇਹ ਸਕੀਮ ਕਿੱਥੇ ਘੱਟ ਹੋਈ ਹੈ? ਅਜੇ ਤੱਕ ਅਮੈਰੀਕਾ ਨੂੰ ਰਿਪੋਰਟ ਹੀ ਨਹੀਂ ਦਿੱਤੀ। ਫਿਰ ਅਮੈਰੀਕਾ ਇਹਨਾਂ ਨੂੰ ਸਾਰਾ ਅਸਲਾ ਦੇ ਰਿਹਾ, ਸਾਰਾ ਕੁਛ ਦੇ ਰਿਹਾ,
ਪਰ ਅਮੈਰੀਕਾ ਕਹਿੰਦਾ ਅਸੀਂ ਨਹੀਂ ਬਰਦਾਸ਼ਤ ਕਰਨਾ, ਬਾਕੀ ਦੇ ਮੁਲਕ ਕਹਿੰਦੇ ਅਸੀਂ ਬਰਦਾਸ਼ਤ ਨਹੀਂ ਕਰਦਾ ਕਿ ਸਾਡੀ ਬਾਦਸ਼ਾਹੀ ਦੇ ਅੰਦਰ ਆ ਕੇ ਦੂਜਾ ਮੁਲਕ ਸਾਡੇ ਸ਼ਹਿਰੀ ਸਿੱਖ ਨੂੰ ਜਾਂ ਕਿਸੇ ਨੂੰ ਗੋਲੀ ਮਰਵਾ ਦੇ। ਹੁਣ ਇਹ ਸਾਰੀਆਂ ਚੀਜ਼ਾਂ ਇਹ ਸਰਕਾਰ ਕਰ ਰਹੀ ਹੈ ਅਤੇ ਆਮ ਆਦਮੀ ਪਾਰਟੀ ਨੇ ਵੀ ਝੂਠੇ ਮੁਕਾਬਲੇ ਸ਼ੁਰੂ ਕਰ ਦਿੱਤੇ ਹੈਗੇ ਆ ਇੱਥੇ। ਕਦੇ ਇਹ ਆ ਜੰਡਿਆਲੇ ਦੇ ਵਿੱਚ ਮਾਰਤਾ ਬੰਦਾ, ਫਿਰ ਇੱਥੇ ਇੱਥੇ ਨੇੜੇ ਇਹ ਆਪਣੇ ਧਨੌਲੇ ਮਾਰਤਾ, ਫਿਰ ਤਲਵੰਡੀ ਫਿਰੋਜ਼ਪੁਰ ਦੀ ਮਾਰਤਾ, ਜੰਡਿਆਲੇ 'ਚ ਮਾਰਤਾ, ਜ਼ੀਰੇ 'ਚ ਮਾਰਤਾ, ਫੇਕ ਇਨਕਾਊਂਟਰ 'ਚ। ਜੇ ਕੋਈ ਗੈਂਗਸਟਰਸ ਹੈਗੇ ਹੈ ਉਹਨਾਂ ਨਾਲ ਗੱਲਬਾਤ ਕਰੀਏ, ਉਹਨਾਂ ਨੂੰ ਸਮਾਜ ਦੇ ਵਿੱਚ ਵਾਪਸ ਲੈ ਕੇ ਆਈਏ। ਇਹ ਫੜ ਫੜ ਕੇ ਫਿਰ ਇਹ ਗੈਰ ਕਾਨੂੰਨੀ ਅਨਕੋਨਸਟੀਟਿਊਸ਼ਨਲ ਚੀਜ਼ਾਂ ਨਾ ਤਾਂ ਹਾਈ ਕੋਰਟ ਨੂੰ ਕਰਦੀ ਹੈ ਅਤੇ ਨਾ ਸੁਪਰੀਮ ਕੋਰਟ ਦੇਖਦੀ ਹੈ ਕਿ ਸਾਡੀ ਕੋਨਸਟੀਟਿਊਸ਼ਨ ਨੂੰ ਬਰਬਾਦ ਕਰੀ ਜਾਂਦੇ ਹੈ। ਕਸ਼ਮੀਰ ਦੇ ਵਿੱਚ ਵੀ ਹੁਣ ਉੱਥੇ ਪੰਜਾਬੀ ਸਿੱਖਾਂ ਦੇ ਲਈ ਖਤਮ ਕਰ ਦਿੱਤੀ ਹੈ, ਜਦਕਿ ਭੱਜੇ ਨੱਠੇ ਪੰਡਿਤ ਨੇ ਸਿੱਖ ਕਸ਼ਮੀਰ ਤੋਂ ਹਿਜਰਤ ਨਹੀਂ ਕੀਤੀ ਪਰ ਉੱਥੇ ਪੰਜਾਬੀ ਖਤਮ ਕਰ ਦਿੱਤੀ ਹੈ। ਹੁਣ ਜਾਈਏ ਕਿੱਥੇ? ਅਸੀਂ ਕਹਿੰਦੇ ਹਾਂ ਕਿ ਬਾਰਡਰ, WTO ਕਹਿੰਦਾ ਕਿ ਬਾਰਡਰ ਖੋਲ੍ਹੋ ਇੰਟਰਨੈਸ਼ਨਲ, ਅਸੀਂ ਕਹਿੰਦੇ ਹਾਂ ਵਾਘੇ ਦਾ ਬਾਰਡਰ ਖੋਲ੍ਹ ਦਿਉ। ਉਹਦੇ 'ਚ ਕੀ ਹੈ? ਸਾਡੇ ਲਾਲਿਆਂ ਨੂੰ, ਬਾਣੀਆਂ ਨੂੰ, ਸਾਰਿਆਂ ਨੂੰ, ਜਿੰਨੇ ਵੀ ਫਾਰਮਰਸ ਨੇ ਉਹਨਾਂ ਨੂੰ ਫਾਇਦਾ ਹੋਊਗਾ ਕਿ ਬਾਰਡਰ ਖੁੱਲ੍ਹ ਗਿਆ, ਟ੍ਰੇਡ ਵਧੂਗੀ, ਮੈਨੂਫੈਕਚਰਿੰਗ ਵਧੂਗੀ, ਇਹਦੇ ਨਾਲ ਨੌਕਰੀਆਂ ਸਾਰੀਆਂ ਵਧਣਗੀਆਂ। ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਦੇ ਨਾਲ ਬਾਰਡਰ ਖੋਲ੍ਹੋ, ਜਿਹਦੇ ਨਾਲ ਸਾਡੀਆਂ ਜਿਨਸਾਂ ਬਾਹਰ ਜਾਣ, ਸਾਡੇ ਜਿਹੜੇ ਫਾਰਮਰਸ ਨੇ ਉਹਨਾਂ ਦਾ ਬਿਲਕੁਲ ਹੀ ਨਹੀਂ ਇਹਨਾਂ ਨੂੰ ਖਿਆਲ ਹੈਗਾ। ਉਹਨਾਂ ਦੀ ਇਹ ਜਿਹੜੀ ਇਹ ਲੋਨਸ ਨੇ, ਵੱਡੇ ਵੱਡੇ ਸ਼ਾਹੂਕਾਰਾਂ ਦੇ ਤਾਂ ਲੋਨਸ ਮਾਫ਼ ਕਰਤੇ, ਅਤੇ ਜੇ ਇਹਨਾਂ ਦੇ ਮਾਫ਼ ਕਰਦੇ ਇਹਦੇ 'ਚ ਕੀ ਗੱਲ ਹੈ? ਹੁਣ ਕਾਨੂੰਨ ਆਰਟੀਕਲ 14 ਕੋਨਸਟੀਟਿਊਸ਼ਨ ਦੀ ਕਹਿੰਦੀ ਹੈ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਹੈ। ਜੇ ਸਾਰੇ ਬਰਾਬਰ ਹੈ, ਜੇ ਸ਼ਾਹੂਕਾਰਾਂ ਦੇ ਲੋਨ ਮਾਫ਼ ਕੀਤੇ ਆ ਤਾਂ ਫਿਰ ਜ਼ਿਮੀਂਦਾਰਾਂ ਦੇ ਕਿਉਂ ਵੀ ਕਰਦੇ ਹੈਗੇ, ਗਰੀਬਾਂ ਦੇ ਕਿਉਂ ਵੀ ਕਰਦੇ ਹੈਗੇ? ਫਿਰ ਜਿਹੜੀ ਉਹ ਰਿਪੋਰਟ ਹੈਗੀ ਹੈ ਇਹ ਸਵਾਮੀਨਾਥਨ ਨੂੰ ਨਹੀਂ ਲਾਗੂ ਕਰਦੇ ਹੈਗੇ, ਲੋਨਸ ਨਹੀਂ ਕਰਦੇ, MSP ਨੂੰ ਕਾਨੂੰਨੀ ਜਾਮਾ ਨਹੀਂ ਬਣਾ ਰਹੇ। ਉਹਦੇ 'ਚ ਕੀ ਹਰਜ ਹੈਗਾ? ਸਾਰੀ ਦੁਨੀਆ ਨੂੰ ਅਸੀਂ ਐਕਸਪੋਰਟ ਕਰਨ ਲੱਗ ਪਏ ਹਾਂ, ਜਿੱਥੇ ਅਸੀਂ ਮੰਗਦੇ ਹੁੰਦੇ ਸੀਗੇ ਚੌਲ ਅਤੇ ਵੀਟ ਅਤੇ ਇਹ ਕਣਕ, ਅਤੇ ਦੂਸਰਾ ਯੂਕਰੇਨ ਅਤੇ ਰਸ਼ੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਣਕ ਹੁੰਦੀ ਸੀ। ਉੱਥੇ ਤਾਂ ਜੰਗ ਲੱਗਿਆ ਹੋਇਆ ਅਤੇ ਉੱਥੇ ਤਾਂ ਕਣਕ ਹੀ ਨਹੀਂ 2-3 ਸਾਲਾਂ ਤੋਂ ਹੋ ਰਹੀ, ਅਤੇ ਇਹ ਤਾਂ ਏਰੀਆ ਹੈਗਾ ਜਿਹੜਾ ਇਹ ਸਾਰੇ ਵਰਲਡ ਨੂੰ ਫੀਡ ਕਰਦਾ ਹੈ।